ਲੈ ਵੀ ਆ ਗਏ ਖੇਤੋਂ ਪਾਣੀ ਦੇ ਆਵਾਂ ਜਾ ਕੇ ਥੱਕਿਆ ਥੱਕਿਆ ਬੰਦਾ ਖੇਤੋਂ ਆਉਂਦਾ ਗਾ ਪਾਥੀਆਂ ਦਾ ਤਾਂ ਫੇਰ ਵੀ ਕਰ ਲੂੰਗੀ ਜਦੋਂ ਸਾਨੂੰ ਚੰਗਾ ਭਲਾ ਪਤਾ ਹੈ ਮੈਥੋਂ ਖੇਤੀਪਤੀ ਦਾ ਕੰਮ ਨਹੀਂ ਹੁੰਦਾ ਤੁਸੀਂ ਜ਼ਰੂਰੀ ਪੰਗਾ ਲੈਣਾ ਹੁੰਦਾ ਸੋ ਉੱਥੋਂ ਰਾਮਦਾਰੀ ਨਹੀਂ ਕਰੀ ਜਾਂਦੀ ਹੋਰ ਕੌਣ ਜਾਊਗਾ ਖੇਤ ਹੋਰ ਤੂੰ ਮੁੰਡੇ ਤੋਂ ਆਸ ਰੱਖਦੀ ਆ ਚਲ ਹੌਲੀ ਬੋਲੋ ਐ ਨਹੀਂ ਪਤਾ ਤੇ ਸੁਣਦੀ ਹੋਵੇ ਉਹ ਤਾਂ ਕੰਨ ਆਪਣੇ ਕੰਨੀ ਰੱਖਦੀ ਹੁੰਦੀ ਆ ਨਾਲੇ ਉਹ ਮਾੜਾ ਮੋਟਾ ਕਹਿ ਕੇ ਆ ਸਾਫ ਸਫਾਈ ਤੇ ਕਰਾ ਦੇ ਕਰ ਸਾਫ ਸਫਾਈ ਉਹ ਕਦੋਂ ਕਰਦੀ ਆ ਸਾਫ ਸਫਾਈ ਤਾਂ ਸਾਰੇ ਮੈਂ ਹੀ ਕਰਦੀ ਆ ਰੋਜ਼ ਝਾੜੂ ਮੈਂ ਲਾਉਣੀ ਆ ਓਏ ਤੇਰੇ ਤਾਂ ਗੋਡੇ ਦੁਖਦੇ ਨੇ ਅੱਜ ਝਾੜੂ ਮੈਂ ਲਾਉਂਗਾ ਨਹੀਂ ਮੈਂ ਲਾ ਲੂੰਗੀ ਨਹੀਂ ਮੈਂ ਲਾਉਂਗਾ बापू जी चुप करवा लो चुप कर जा जाके बैठ जाओ थे हाय ओए रब्बा दो दो जाने मेरे छापा लाए हुए आ इक नहीं अद्दा नहीं ला देख ला कर ला भला मैं कोई माड़ा काम करती सी झाड़ू ही लाउंदी सी तू क्यों पंगा लेनी हुंदी है जदों दा सफाई इहो जिहा ਤੈਨੂੰ ਪਤਾ ਹੀ ਹੈ ਸਭਾ ਕਾਨੂੰ ਚਾਂਬੜੀ ਹੋਈ ਹੈ ਅੱਛਾ ਮੈਂ ਚਾਂਬੜੀ ਹੋਈ ਆ ਆ ਸ਼ਰਮ ਕਰ ਲੈ ਲੁਤਰੋ ਬੰਦ ਵੀ ਕਰ ਲਿਆ ਕਰ 2 ਮਿੰਟ ਆ ਹੁਣ ਤਾਂ ਮੈਂ ਤੈਨੂੰ ਕਹਿ ਕੇ ਗਈ ਆ ਵੀ ਮੈਂ ਸੌਣੀ ਆ ਇੱਕ ਗੱਲ ਕਹਾਂ ਤੁਹਾਡੇ ਦੋਵਾਂ ਨੂੰ ਨਾ ਪਹਿਲੇ ਬੈਠ ਕੇ ਖਾਣਾ ਨਹੀਂ ਆਉਂਦਾ ਜੇ ਨਹੀਂ ਚੋਏ ਨਾ ਕੰਮ ਕਰਨ ਦਾ ਖੜੀ ਹੋਣੀ ਬੁੜੀਏ ਖੜੀ ਹੋ ਚੱਲ ਮੇਰੇ ਨਾਲ ਚੱਲ ਇੱਥੇ ਬੈਠ ਜਾ ਤੇ ਅੱਧੇ ਘੰਟੇ ਦੇ ਵਿੱਚ ਮੈਨੂੰ ਸਾਰੀ ਸਰੋਂ ਨਾ ਛੰਡੀ ਛਡਾਈ ਚਾਹੀਦੀ ਆ ਉਹ ਵੀ ਬਿਨਾ ਸ਼ੋਰ ਸ਼ਰਾਬੇ ਤੋਂ ਬੜਾ ਦਿਮਾਗ ਖਰਾਬ ਕਰ ਲਿਆ ਤੂੰ ਮੇਰਾ ਬੈਠ ਇੱਥੇ ਬੇਬੀ ਰੋਟੀਆਂ ਪਾਟ ਦੀ ਪਈ ਆ ਤੇ ਮੇਰੀ ਗੱਲ ਤਾਂ ਸੁਣ ਜਾ ਉੱਤੋਂ ਤਮਾਰ ਤੋਂ ਪਪਈ ਜਾਂਦੀ ਆ ਮੈਨੂੰ ਐਡਾ ਵੱਡਾ ਡੰਡ ਕਿਉਂ ਲਾ ਗਈ ਤੂੰ ਇੰਨਾ ਤਾਂ ਨਾ ਤੰਗ ਕਰ
ਬੇਬੇ ਤੁਸੀਂ ਇੰਨੀ ਤੋਂ ਪਤਾ ਕੀ ਕਰ ਲੱਗ ਰਹੇ ਹੋਗੇ ਤੋ ਕਹਿੰਦੀ ਸਭ ਸੰਭ ਕੇ ਪੈਣਾ ਰਿਸ਼ਤਾ ਦੇ ਦੋ ਮਿੰਟ ਦੇ ਸਭ ਸਾਰ ਸੰਭ ਕੇ ਪੰਡ ਬੰਨ ਕੇ ਫੇਰ ਲਵਪ੍ਰੀਤ ਮਾਰਿਆ ਨੀ ਤੈਨੂੰ ਸੁਣਦਾ ਨੀ ਕੀ ਆ ਕਿਉਂ ਦਿਮਾਗ ਖਰਾਬ ਕਰਦਾ ਦੁਪਹਿਰੇ ਤੋਂ ਪਹਿਲੇ ਮਾੜੀ ਮੋਟੀ ਸ਼ਰਮ ਕਰ ਲਾ ਬੇਬੇ ਬਾਪੂ ਨੂੰ ਧੁੱਪੇ ਬਿਠਾਏ ਤੈਨੂੰ ਪਤਾ ਹੀ ਹੈਗਾ ਸ਼ਰਮ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਮਾੜੀ ਮੋਟੀ ਸੁੱਤੀ ਪਈ ਸੀ ਮੈਂ ਉਹ ਵੀ ਇਹਨਾਂ ਤੋਂ ਜਰੀ ਨੀ ਜਾਂਦੀ ਜੇ ਕੰਮ ਨੀ ਕਰਨੇ ਨਾ ਕਰਿਆ ਕਰ ਪਰ ਬੇਬੇ ਬਾਪੂ ਨੂੰ ਇੰਨਾ ਤੰਗ ਤਾਂ ਨਾ ਕਰਿਆ ਕਰ ਅੱਛਾ ਮੈਂ ਕੋਈ ਕੰਮ ਨੀ ਕਰਦੀ ਹੋਰ ਤਾਂ ਬਾਹਰੋਂ ਆ ਕੇ ਕੋਈ ਕੰਮ ਕਰਦਾ ਜਾਂ ਤੇਰੀ ਮਾਂ ਕਰਦੀ ਹੋਣੀ ਜਾਂ ਤੇਰਾ ਬਾਪ ਕਰਦਾ ਹੋਣਾ ਸਾਰੀ ਉਮਰ ਇਹਨਾਂ ਤੋਂ ਕੁਛ ਨੀ ਬਣਿਆ ਜੱਜ ਦਾ ਘਰ ਵੀ ਨਹੀਂ ਪਿਆ ਇਹਨਾਂ ਤੋਂ ਤਾਂ ਤੇ ਹਾਲੇ ਇਹਨਾਂ ਨੂੰ ਮੈਂ ਤੰਗ ਨਾ ਕਰਾਂ ਬੋਲੀ ਪਕਾਈ ਨਾ ਮਾਰ ਆਹ ਜਿਹੜਾ ਕੁਛ ਜਿੰਨਾ ਕੁਛ ਵੀ ਬਣਾਇਆ ਨਾ ਬਾਪੂ ਨੇ ਬਣਾਇਆਗਾ ਉਹੀ ਆਪਦੀ ਕਰਦੀ ਰਹਿੰਦੀ ਆ ਚੌਧਰਦਾਰੀ ਪੌਣ ਤੁਸੀਂ ਨੇ ਇਹਨਾਂ ਨੇ ਬੰਗਲੇ ਪਾਤੇ ਮਾਰਿਆ ਦੀ ਅਸੜਿਆ ਜਿਹਾ ਘਰ ਪਾਇਆ ਇਹੋ ਜਿਹਾ ਘਰ ਤਾਂ ਮੈਂ 20 ਬਣਾਦਾ 20 ਜੇ ਮੈਨੂੰ ਪਤਾ ਹੁੰਦਾ ਨਾ ਵੀ ਤੁਹਾਡੇ ਨੰਗਾ ਦੇ ਘਰੇ ਆਉਣਾ ਮੈਂ ਪਹਿਲੀ ਮਨਾ ਕਰ ਦਿੰਦੀ ਚਾਤੀ ਏ ਬਣਾ ਤਾਂ ਸਾਰਾ ਕੁਛ ਅਸੀਂ ਨਹੀਂ ਹੈ ਕੀ ਹੋ ਗਿਆ ਸਾਡੇ ਹੁਣ ਗੋਡੇ ਦੁਖਣ ਲੱਗ ਗਏ ਤੂੰ ਆਪਦੇ ਜ਼ਬਾਨ ਬੰਦ ਰੱਖ ਨਾਲੇ ਬਾਲੀ ਪਕਾਈ ਜੀ ਨਾ ਮਾਰਾ ਇਹੀ ਕੁਛ ਜੇ ਤੇਰੇ ਮਾਂ-ਬਾਪ ਨਾਲ ਕਰੇ ਕੋਈ ਫੇਰ ਅੱਛਾ ਮੇਰੇ ਕਿਹੜਾ ਕੁਛ ਲੱਗਦੇ ਨੇ ਇਹ ਮੇਰੇ ਕੋਈ ਮਾਂ-ਬਾਪ ਨਹੀਂ ਤੇਰੇ ਮਾਂ-ਬਾਪ ਨੇ ਆਪੇ ਸੰਭਾਲ ਧੀਏ ਤੂੰ ਹੀ ਚੁੱਪ ਕਰ ਜਾ ਤੂੰ ਤਾਂ ਸਿਆਣੀ ਹੈ ਬਸ ਕਰ ਬੁੜਿਆ ਐਨੇ ਡਰਾਮੇ ਕਰਨ ਦੀ ਲੋੜ ਨਹੀਂ ਜਿਵੇਂ ਸਿਆਣੀ ਆ ਤਾਂ ਮੇਰੇ ਤੇ ਤਰਸ ਵੀ ਕਰੋ ਮਾੜਾ ਮੋਟਾ ਨੌਕਰੀ ਤਾਂ ਤੇਰੇ ਤਾਂ ਰੋਜ਼ ਦਾ ਕੰਜਰ ਖਾਣਾ ਹੋ ਰਿਹਾਗਾ ਤੂੰ ਤਾਂ ਹੱਦ ਤੋਂ ਜ਼ਿਆਦਾ ਬੋਲਣ ਲੱਗ ਗਈ ਹੁਣ ਤੂੰ ਚੁੱਪ ਨਹੀਂ ਕਰਦਾ ਓਏ ਤੇਰੇ ਮੈਂ ਥੱਪੜ ਮਾਰੂੰਗਾ ਕੋਈ ਗੱਲ ਨਹੀਂ ਹੁਣ ਵਗ ਜੂਗੀ ਮੇਰੇ ਮਾਂ ਬਾਪ ਨੂੰ ਕਿਹੜਾ ਪੈਸਿਆਂ ਦਾ ਘਾਟਾ ਨਾਲੇ ਆਪਦੇ ਮਾਂ ਬਾਪ ਨੂੰ ਨਾਲੇ ਰੱਖ ਲਈ ਮੈਂ ਆਪਦੇ ਪੇਕੇ ਚੱਲੀ ਆ ਹੁਣ ਬਾਪੂ ਰਹਿਣ ਦੇ ਤੂੰ ਤੇਰੇ ਤਾਂ ਸਾਰੇ ਕੰਡੇ ਬੀਜੇ ਹੋਏ ਨੇ ਮੈਂ ਤਾਂ ਮਰਿਆ ਭਾਲਦੇ ਤੁਹਾਨੂੰ ਦੋਹਾਂ ਨੂੰ ਕਦੋਂ ਮੇਰੀ ਜਾਨ ਛੁੱਟੂਗੀ ਤੁਹਾਡੇ ਤੋਂ ਨਾ ਧੀਏ ਅਸੀਂ ਨੂੰ ਤੈਨੂੰ ਜਾਣ ਦਿੰਦੇ ਅਸਾਂ ਤੈਨੂੰ ਇੱਥੇ ਵਸਦੀ ਦੇਖਦੇ ਆ ਮੈਂ ਨੀ ਧੀਏ ਤੈਨੂੰ ਜਾਣ ਦਿੰਦੀ ਕੁਛ ਮਰਜ਼ੀ ਕਹਿ ਲਾ ਚਾਹੇ ਸਾਡੇ ਤੋਂ ਜੁੱਤੀਆਂ ਲਾ ਲਾ ਧੀਏ ਠੀਕ ਹੈ ਪਰ ਅਸੀਂ ਤੈਨੂੰ ਉਹਦੇ ਪੇਕੇ ਘਰ ਨਹੀਂ ਜਾਣ ਦਿੰਦੇ ਚਲੋ ਠੀਕ ਹੈ ਫਿਰ ਇੱਕ ਸ਼ਰਤ ਤੇ ਜਿਵੇਂ ਮੈਂ ਕਹੂੰਗੀ ਤੁਹਾਨੂੰ ਉਵੇਂ ਕਰਨਾ ਪੈਣਾ ਕੋਈ ਨਾ ਪੁੱਤ ਜਿਵੇਂ ਤੂੰ ਕਹੇਂਗੀ ਅਸੀਂ ਤਾਂ ਉਵੇਂ ਕਰ ਲਾਂਗੇ ਧੀਏ ਤੁਸੀਂ ਬਾਪੂ ਜੀ ਜਿਵੇਂ ਤੂੰ ਕਹੇਂਗੀ ਪੁੱਤ ਅਸੀਂ ਤਾਂ ਉਵੇਂ ਕੰਮ ਕਰਨ ਨੂੰ ਤਿਆਰ ਆ ਚਲੋ ਠੀਕ ਹੈ ਫਿਰ ਸਵੇਰ ਵਾਲੇ ਤੇ ਸ਼ਾਮ ਵਾਲੇ ਕੰਮ ਆਪਣੇ ਵੰਡ ਲਓ ਤੁਸੀਂ ਦੋਹਾਂ ਦੇ ਨਾਲ ਮਿਲ ਕੇ ਕਰਨੇ ਨੇ ਸਾਰੀ ਉਮਰ ਤੇ ਤੁਹਾਡੇ ਤਾਂ ਕੁਛ ਨਹੀਂ ਬਣਿਆ ਹੈਗਾ ਐਸ਼ਾ ਕਰ ਕਰਕੇ ਸਾਰੀ ਤੁਸੀਂ ਜ਼ਿੰਦਗੀ ਲੰਘਾਤੀ ਹਲੇ ਕਹਿੰਦੇ ਨੇ ਸਾਨੂੰ ਤੰਗ ਨਾ ਕਰ ਬੇਬੇ ਤੂੰ ਕਹਵਾ ਜੀ ਸਰਤਾਂ ਮੰਨੀਆਂ ਨੇ ਜੇ ਜਾਂਦੀ ਆ ਜਾਂਦੇ ਇਹਨੂੰ ਬੇ ਪੁੱਤ ਮੇਰੀ ਗੱਲ ਸੁਣ ਲੈ ਆਪਾਂ ਆਪਦਾ ਘਰ ਨਹੀਂ ਜਾੜਨਾ ਹੈਗਾ ਅਸੀਂ ਆਪਦੇ ਦਮ ਤੇ ਆਖਿਆ ਇਸ ਕੇ ਹੀ ਕੱਟ ਲਾਂਗੇ ਪੁੱਤ ਅਸੀਂ ਤੇਰਾ ਘਰ ਬਸਦਾ ਦੇਖਣਾ ਚਾਹੁੰਦੇ ਆਂਗੇ ਸਮਝ ਲੱਗ ਗਈ ਹੁਣ ਵੱਡਾ ਮਾਂ-ਬਾਪ ਦਾ ਹੇਜ਼ਲਾ ਜਲਦੀ ਜਲਦੀ ਆਪਣੇ ਕੰਮ ਸੰਭਾਲ ਲਓ ਮੈਂ ਜਾ ਕੇ ਆਰਾਮ ਕਰਦੀ ਆ ਨਾਲੇ ਬਾਲੀ ਕਾਵਾ ਰੌਲੀ ਨਾ ਪਾਇਓ ਠੀਕ ਹੈ ਠੀਕ ਹੈ ਚਲੋ ਬਾਪੂ ਬਈ ਮੇਰਾ ਕਸੂਰ ਦੱਸ ਕੀ ਮੈਂ ਲੋਕਾਂ ਦੇ ਖੇਤਾਂ 'ਚ ਕੰਮ ਕਰ ਕਰਕੇ ਘਰ ਬਣਾਇਆ 2.5 ਕਿੱਲੇ ਜ਼ਮੀਨ ਦੇ ਵੀ ਬਣਾਏ ਨੇ ਸਾਨੂੰ ਕੀ ਪਤਾ ਸਾਡੀ ਕਿਸਮਤ ਦੇ ਵਿੱਚ ਆ ਠੋਕਰਾਂ ਨੇ ਗਈਆਂ ਬਾਪੂ ਮੈਂ ਵੀ ਕਿੰਨਾ ਲਾਚਾਰ ਪੁੱਤਾਂ ਵੀ ਮੈਂ ਤੁਹਾਡੀ ਕੇਅਰ ਵੀ ਨਹੀਂ ਕਰ ਸਕਦਾ ਨਾ ਉਹਨਾਂ ਦੀ ਗੱਲ ਟਾਲ ਸਕਦਾ ਕਰਦਾ ਤੂੰ ਕਿਉਂ ਰੋਣਾ ਹੈਗਾ
ਜਿਹੜੀ ਸਾਡੀ ਕਿਸਮਤ 'ਚ ਹੈ ਅਸੀਂ ਭੋਗ ਲਾਂਗੇ ਪੁੱਤ। ਤੂੰ ਨਾ ਰੋ ਮੇਰਾ ਪੁੱਤ ਮਣ, ਅਸੀਂ ਤੇਰੀ ਆਤਮਾ ਦੁਖੀ ਨਹੀਂ ਕਰਨੀ ਚਾਹੁੰਦੇ ਪੁੱਤ, ਅਸੀਂ ਸਿਰਫ ਜੋ ਵੀ ਕਰਦੇ ਤੇਰੇ ਲਈ ਕਰਦੇ ਹਾਂ। ਅਸੀਂ ਨਹੀਂ ਇਹਦੇ ਬਿਲਕੁਲ ਨਹੀਂ ਅਸੀਂ ਚੱਲਦੇ ਹੈਗੇ ਪੁੱਤ, ਤੇਰੇ ਕਰਕੇ ਸਾਨੂੰ ਚੱਲਣੀਆਂ ਪੈ ਗਈਆਂ। ਵੀ ਸਾਡਾ ਇਕੱਲਾ ਪੁੱਤ ਹੈਗਾ, ਇਹ ਦੋ ਵਿਚਾਲੇ ਫਸ ਗਿਆ, ਨਾ ਤੂੰ ਸਾਨੂੰ ਕਹਿ ਸਕਦਾ ਪੁੱਤ ਨਾ ਉਹਨੂੰ ਕਹਿ ਸਕਦਾ। ਬਸ ਮੇਰਾ ਪੁੱਤ ਰੋ ਨਾ। ਸਤਿ ਸ਼੍ਰੀ ਅਕਾਲ ਬੇਬੇ। ਹਾਂ ਹੋਰ ਕਿਵੇਂ ਹੋ? ਅਸੀਂ ਵੀ ਠੀਕ ਠਾਕ ਵਧੀਆ। ਹੋਰ ਕੀ ਬਣਾ ਰਹੇ ਸੀ? ਅੱਛਾ ਲੈ ਕਮਾਲ ਹੋ ਗਈ, ਹੁਣ ਤੂੰ ਕੱਪੜੇ ਧੋਏਂਗੀ ਏਡੀ ਉਮਰ ਚ? ਕਿਉਂ ਭਾਬੀ ਕੀ ਕਰਦੀ ਆ? ਅੱਛਾ ਤਾਂ ਉਹਨੂੰ ਦੁਖਦਾ ਉਹਦਾ ਸਿਰ, ਉਹ ਵੀ ਬਹਾਨੇ ਖੋਰ ਵਾਲੀ ਹੈ, ਮੈਨੂੰ ਪਤਾ ਹੈ ਬੇਬੇ, ਬਹਾਨੇ ਬੜੇ ਘੱਟਦੀ ਹੈ ਉਹ। ਹਾਂ ਆ ਤੂੰ ਸਾਡੇ ਘਰੇ ਆ ਕੇ ਦੇਖ ਲਈ, ਜੇ ਮੈਂ ਮੇਰੀ ਬੇਬੇ ਤੋਂ ਕਦੇ ਡੱਕਾ ਵੀ ਤੜਾਇਆ ਹੋਵੇ ਕੋਈ, ਮੈਂ ਤਾਂ A to Z ਕੰਮ ਆਪ ਕਰਦੀ ਹਾਂ। ਹੋਰ ਹੁਣ ਮਾਂ ਤੈਨੂੰ ਪਤਾ ਹੀ ਆ, ਫਿਰ ਵਿਚਾਰੇ ਵਡੇਰੀ ਉਮਰ ਦੇ ਹੋ ਰਹੇ ਨੇ, ਉਹਨਾਂ ਤੋਂ ਕੰਮ ਕਰਾਉਂਦੀ ਮੈਂ ਕਿੱਥੇ ਚੰਗੀ ਲੱਗਦੀ ਹਾਂ। ਹਾਂ ਹੋਰ ਹੁਣ ਸੇਵਾ ਤਾਂ ਤਾਰ ਜੂਗੀ, ਤਾਂ ਮੈਂ ਆਪ ਕਹੀ ਜਾਂਦੀ ਹਾਂ। ਚੱਲ ਕੋਈ ਨਾ ਫਿਰ ਆ ਜਾਇਓ, ਹੈ ਠੀਕ ਹੈ। ਉਹ ਬੇਬੇ ਮੇਰੀ ਚਾਹ ਮੰਗੀ ਜਾਂਦੀ ਹੈ, ਮਹਾਂ ਚਾਹ ਬਣਾ ਕੇ ਦੇਦਾਂ, ਫਿਰ ਟਾਈਮ ਲੰਘ ਜੂਗਾ। ਠੀਕ ਹੈ। ਤੁਸੀਂ ਕੀ ਮੇਰੇ ਬੁੱਥੇ ਕੰਨੀ ਦੇਖੀ ਜਾਂਦੇ ਹੋ ਬੈਠੇ? ਲੱਗੀ ਤਾਂ 2 ਵਜ ਰਹੇ, ਚਾਹ ਚਾਹ ਵੀ ਬਹੁਤ ਭੁੱਖ ਲੱਗੀ ਹੈ, ਜੇ ਚਾਹ ਬਣਾ ਲੈਂਦੇ। ਚਾਹ ਤਾਂ ਮੈਂ ਆਪੇ ਬਣਾਉਂਗੀ, ਮੈਂ ਕਿਹੜਾ ਕਿਹਾ ਤੇਰੀ ਮਾਂ ਤੋਂ ਬਣਾਉਂ ਮੈਂ ਚਾਹ। ਫੋਨ ਤੇ ਤਾਂ ਬੜੀਆਂ ਪਾਡੀਆਂ ਮਾਰ ਮਾਰ ਦੱਸ ਰਹੀ ਸੀ ਆਪਦੀ ਮਾਂ ਨੂੰ ਵੀ ਮੈਂ ਹੀ ਸਾਰਾ ਕੁਛ ਕਰਦੀ ਹਾਂ। ਕਿਉਂ ਫੇਰ ਕਰਦੀਆਂ? ਮੈਂ ਕਰਦੀਆਂ, ਤੂੰ ਨਾ ਹਟੀ, ਤੂੰ ਨਹੀਂ ਛੱਡਦਾ ਪੈਂਡਾ ਮਾਂ ਬਾਪ ਦਾ। ਚਾਹ ਬਣਾ ਦੇ ਆਪਣੀ। ਆ ਕੀ ਕਰਦੀ ਆ? ਮੈਂ ਤਾਂ ਤੇਰੀ ਚਾਹ ਧਰਦੀ ਸੀ। ਤੈਨੂੰ ਕਿਹਨੇ ਕਿਹਾ ਚਾਹ ਧਰਨ ਨੂੰ? ਉਹ ਤਾਂ ਆਪ ਹੀ ਆਖਿਆ ਸੀ, ਕਹਿੰਦੀ ਆਪਦੇ ਆਪਦੇ ਕੰਮ ਸਾਂਭ ਲਓ। ਫਿਰ ਮੈਨੂੰ ਆਇਆ ਕਹਾਂ ਚੱਲ ਤੂੰ ਸੁੱਤੀ ਪਈ ਆ, ਚੱਲ ਮੈਂ ਆਪਾਂ ਚਾਹ ਦੀ ਘੁੱਟ ਕਰ ਲੈਂਦੀ ਹਾਂਗੀ। ਅੱਛਾ ਜਦੋਂ ਮੈਂ ਸੁੱਤੀ ਪਈ ਸੀ ਉਹ ਤਾਂ ਬੜੀ ਕਾਂਵਾਂ ਰੌਲੀ ਪਈ ਸੀ, ਹੁਣ ਤੈਨੂੰ ਕਿਹਨੇ ਕਿਹਾ ਤਾਂ ਮੈਂ ਸੁੱਤੀ ਪਈ ਸੀ? ਉਹ ਤਾਂ ਮੈਨੂੰ ਤਾਂ ਹੀ ਲੱਗਾ ਵੀ ਸੁੱਤੀ ਪਈ ਆ ਤੂੰ। ਬਰਾਬਰੀ ਤਾਂ ਤੈਨੂੰ ਬੜੀ ਕਰਨੀ ਆਉਂਦੀ ਆ, ਤੈਨੂੰ ਮੈਂ 50 ਵਾਰ ਕਿਹਾ ਵੀ ਚੌਂਕੇ ਚ ਤੇਰਾ ਵੜਨਾ ਮਨਾ, ਸੜੇ ਹੋਏ ਗੰਦੇ ਹੋਏ ਹੱਥ ਲੈ ਕੇ ਆ ਟੋਪੀ ਨੂੰ ਹੱਥ ਲਾ ਦੇ। ਤੇ ਫੇਰ ਕੀ ਹੁੰਦਾ, ਹੱਥਾਂ ਨਾਲ ਕੀ ਲੱਗਿਆ ਹੈਗਾ? ਬਾਲੀ ਬਕਵਾਸ ਨਾ ਕਰਿਆ ਕਰ, ਮੈਂ ਸਵੇਰੇ ਤੈਨੂੰ ਕੁਝ ਸਮਝਾਇਆ ਸੀਗਾ, ਜਾ ਨਾਲੇ ਤਾਂ ਸਾਬਣ ਨਾਲ ਹੱਥ ਧੋ ਕੇ ਆ, ਤੇ ਨਾਲੇ ਆ ਟੋਪੀਆਂ ਸਮਾਰ ਕੇ ਮਾਂਜ ਕੇ ਲਿਆ, ਮੈਂ ਚਾਹ ਬਣਾਉਣੀ ਹੈ। ਚੰਗਾ ਧੀਏ ਜਿਵੇਂ ਤੂੰ ਕਹਿੰਦੀ ਓਵੇਂ ਸਹੀ, ਲਿਆ ਦਾ ਨੇ ਮਾਂਜ ਕੇ ਲਿਆ ਦਾ। ਸੜੇ ਹੋਏ ਪੈਰ ਲੈ ਕੇ ਚੌਂਕੇ ਚ ਵੜ ਜਾਂਦੀ ਆ, ਬੜੀ ਹਲਕਤ ਆਉਂਦੀ ਆ ਮੈਨੂੰ, ਜੀ ਕਰਦਾ ਤਵਾ ਚੱਕ ਕੇ ਇਹਦੇ ਸਿਰ ਚ ਮਾਰਾਂ। ਕੀ ਕਰਾਂ, ਕੋਈ ਨਾ ਕੋਈ ਜੁਗਾੜ ਤਾਂ ਲਾਉਣਾ ਹੀ ਪੈਣਾ, ਜਦੋਂ ਤੱਕ ਇਹ ਬੁੜਾ ਤੇ ਬੁੜੀ ਜਿਉਂਦੇ ਨੇ ਨਾ, ਇਹ ਤਾਂ ਨੀ ਇਸ ਘਰ ਦਾ ਕੁਛ ਬਣ ਦਿੰਦੇ। ਕੋਈ ਨਾ ਕੋਈ ਸਕੀਮ ਤਾਂ ਲਾਉਂਗੀ ਜ਼ਰੂਰ। ਮੈਂ ਖੇਤੋਂ ਧਨੀਆ ਲੈ ਕੇ ਆਇਆ, ਉਹਨੂੰ ਧੁੱਪੇ ਸੁਕਾ ਲਿਓ, ਦਾਲ ਸਬਜ਼ੀ ਚ ਪੈ ਜਾ ਕਰੂਗਾ। ਉਹ ਬਾਪੂ ਤੂੰ ਕਿਉਂ ਧਨੀਆ ਲੈ ਕੇ ਆਉਣਾ ਹੁੰਦਾ? ਤੈਨੂੰ ਪਤਾ ਤਾਂ ਹੈਗਾ ਉਹਨੇ ਤਾਂ ਇਹਨੂੰ ਕੁਬਾੜੇ ਦੱਸਣਾਗਾ। ਤੁਸੀਂ ਦੇਖ ਕੇ ਖਰਚਾ ਕਰਿਆ ਕਰੋ, ਜੇ ਇੰਨਾ ਖਰਚਾ ਕਰੋਗੇ ਤਾਂ ਲੋਕਾਂ ਦਾ ਕਰਜ਼ਾ ਕਿਵੇਂ ਲਾਹੋਗੇ? ਉਹ ਬਾਪੂ ਮੈਂ ਕਿੱਥੇ ਖਰਚਾ ਕਰਦਾ, ਇੰਨਾ ਸਾਰਾ ਖਰਚਾ ਤਾਂ ਉਹ ਕਰਦੀ ਆ। ਓਹ ਮੇਰੀ ਗੱਲ ਸੁਣੋ ਜੀ, ਉਹ ਨਾ ਬੈੱਡ ਦੇ ਦਰਾਜ਼ ਦੇ ਵਿੱਚ ਨਾ ਮੇਰੇ ਸੋਨੇ ਦੇ ਕਾਂਟੇ ਪਏ ਸੀਗੇ, ਤੇ ਮੈਂ ਸਾਰਾ ਕਮਰਾ ਲੱਭਿਆ ਹੀ, ਤੁਸੀਂ ਦੇਖਿਆ ਨੀ ਕਿਤੇ? ਨੌਕਰੀ ਤਾਂ ਇੱਥੇ ਹੀ ਪਏ ਹੋਣੇ, ਤੂੰ ਦੇਖ ਲਾ ਅੰਦਰ ਜਾ ਕੇ। ਲੈ ਮੈਂ ਕਿੱਥੇ ਦੇਖ ਲਾਂ ਬਾਪੂ ਜੀ, ਤੁਸੀਂ ਤਾਂ ਨੀ ਦੇਖੇ? ਉਹ ਤਾਂ ਸਹੀ ਕਰਦੇ ਕਰਨੇ ਨੇ, ਉਹ ਤੇਰੀ ਬੀਬੀ ਨੂੰ ਪੁੱਛ ਲੈ। ਬੇਬੇ ਬੇਬੇ ਹਾਂ ਭਾਈ, ਮੈਨੂੰ ਤਾਂ ਜੀ ਚਿੰਤਾ ਵੱਡ ਵੱਡ ਖਾਈ ਜਾਂਦੀ ਆ, ਮੇਰੀ ਮਾਂ ਨੇ ਤਾਂ ਵਿਚਾਰੀ ਨੇ ਇੰਨੇ ਸ਼ੌਂਕ ਨਾਲ ਨਾ ਮਸਾਂ ਮੈਨੂੰ ਕਾਂਟੇ ਬਣਾ ਕੇ ਦਿੱਤੇ ਸੀਗੇ, ਹੁਣ ਪਤਾ ਨੀ ਕਿੱਧਰ ਗਏ, ਪਤਾ ਨੀ ਕੌਣ ਲੈ ਗਿਆ ਚੋਰੀ ਕਰਕੇ। ਕੀ ਹੋ ਗਿਆ ਪੁੱਤ? ਬੇਬੇ ਮੇਰੇ ਸੋਨੇ ਦੇ ਕਾਂਟੇ ਪਏ ਸੀ ਅੰਦਰ, ਤੈਂ ਤਾਂ ਨੀ ਦੇਖੇ? ਨਾ ਪੁੱਤ ਮੈਂ ਤਾਂ ਸੁੱਤੀ ਉੱਠ ਕੇ ਆਈ ਆ ਤੇਰੇ ਸਾਹਮਣੇ, ਮੈਂ ਕੀ ਕਰਨੇ ਦੇ ਕਾਂਟੇ? ਮੈਂ ਕਿਹੜਾ ਕਿਹਾ ਵੀ ਤੈਂ ਚੱਕੇ ਨੇ ਕਾਂਟੇ, ਆਪਦੇ ਆਪ ਨੂੰ ਆਪੇ ਚੋਰ ਨਹੀਂ ਦੱਸੀ ਜਾਂਦੀ ਆ। ਨਹੀਂ ਪੁੱਤ ਮੈਂ ਤਾਂ ਤੈਨੂੰ ਕਹਿ ਰਹੀ ਆ ਵੀ ਮੈਨੂੰ ਕੀ ਲੋੜ ਹੈ ਇਹ ਜਿਹੇ ਕੰਮ ਕਰਨ ਦੀ, ਤਾਂ ਫਿਰ ਪਰਿਵਾਰ 'ਚ ਤਾਂ ਕੋਈ ਹੋਰ ਹੈ ਵੀ ਨਹੀਂ ਆਪਣੇ ਤੋਂ ਵੀ ਨਾ, ਤੇ ਨਾ ਕੋਈ ਆਪਣੇ ਆਉਂਦਾ ਜਾਂਦਾ, ਮੇਰੇ ਕਾਂਟੇ ਕਿੱਧਰ ਗਏ ਬਈ?
ਜਨਾਪਰੀ ਤਾਂ ਅੰਦਰ ਦੇਖ ਲਾ ਕੋਈ ਦੁਪਹਿਰੇ ਦਾ ਨਹੀਂ ਆਇਆ ਆ ਕੀ ਹੈ ਬੇਬੇ ਹੈ ਆ ਤੂੰ ਆਪਣੀ ਚੁੰਨੀ ਦੇ ਲੜਕੀ ਬੰਨੀ ਫਿਰਦੀ ਆ ਮੇਰੇ ਸੋਨੇ ਦੇ ਕਾਂਟੇ ਦੇਖਿਆ ਬਾਪੂ ਜੀ ਇਹਦੀ ਕਰਤੂਤ ਸੀਗੀ ਇਹ ਮੈਨੂੰ ਨਹੀਂ ਪਤਾ ਇਹ ਕਿਵੇਂ ਕਹਾਣੀ ਬਣੀ ਆ ਬਕਵਾਸ ਬੰਦ ਰੱਖ ਆਪਣੀ ਹੋਰ ਕੌਣ ਚੋਰ ਆ ਕੇ ਬੰਨ ਕੇ ਕੋਈ ਇਹਦੇ ਲੜ ਮੈਨੂੰ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਇੱਕ ਤਾਂ ਮੇਰੇ ਸੋਨੇ ਦੇ ਕਾਂਟੇ ਚੋਰੀ ਕਰ ਲਏ ਤੇ ਉੱਤੋਂ ਮੁੱਕਰਦੀ ਆ ਧੀਏ ਮੈਂ ਤਾਂ ਵੱਡਾ ਤੂੰ ਮਨਾ ਮੇਰੇ ਸਿਰ ਲਾ ਮੈਂ ਨਹੀਂ ਕਾਂਟੇ ਤੇਰੇ ਚੋਰੀ ਕੀਤੇ ਬੇਬੇ ਤੇਰੇ ਕੋਲ ਕਿਵੇਂ ਆ ਗਏ ਤੇਰੀ ਚੁੰਨੀ ਦੇ ਲੜ ਬੰਨੇ ਹੋਏ ਨੇ ਦੇਖ ਲਓ ਬਾਪੂ ਜੀ ਹੁਣ ਤਾਂ ਤੁਸੀਂ ਆਪੇ ਸਿਆਣੇ ਹੋ ਨਾ ਨਹੀਂ ਪੁੱਤ ਇਹ ਕੰਮ ਨਹੀਂ ਕਰ ਸਕਦੇ ਕੁੜੀ ਦਾ ਹਾਂ ਹੋਰ ਤਾਂ ਮੈਂ ਇਹਦੇ ਲੜ ਬੰਨਤੇ ਜਾਂ ਫਿਰ ਕੋਈ ਚੋਰ ਆ ਕੇ ਬੰਨ ਗਏ ਵਾਰੋ ਸ਼ਰਮ ਤਾਂ ਨਹੀਂ ਆਉਂਦੀ ਇਹਨੂੰ ਇਹੋ ਜਿਹੀ ਕਰਤੂਤਾਂ ਕਰਦੀ ਨੂੰ ਮੇਰੇ ਸਿਰ ਐਡਾ ਬੰਦਾ ਦੋਸ਼ ਨਾ ਲਾ ਮੈਂ ਗੁਨਾਹ ਕਦੇ ਵਾਸਤੇ ਨਹੀਂ ਕਰ ਸਕਦੀ ਧੀਏ ਮੈਨੂੰ ਜਿੱਥੇ ਮਰਜ਼ੀ ਲੈ ਜਾ ਹੁਣ ਸਬੂਤ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਇਹ ਉਹੀ ਕਾਂਟੇ ਨੇ ਜਿਹੜੀ ਮੇਰੀ ਮਾਂ ਨੇ ਬਣਾ ਕੇ ਦਿੱਤੇ ਸੀ ਤੇ ਤੂੰ ਵੀ ਦੱਸ ਦੇ ਉਹੀ ਨੇ ਨਾ ਬੇਬੇ ਤੇਰੇ ਕੋਲ ਆਇਆ ਕਿੱਥੋਂ ਤੂੰ ਹੀ ਦੱਸ ਦੇ ਪੁੱਤ ਇਹ ਕੰਮ ਨਹੀਂ ਕਰ ਸਕਦੀ ਤੇਰੀ ਮਾਂ ਬਾਪੂ ਜੀ ਰਹਿਣ ਦਿਓ ਤੁਸੀਂ ਬਾੜਾ ਪੱਖ ਪੂਰਨ ਦੀ ਕੋਈ ਲੋੜ ਨਹੀਂ ਮੇਰੀ ਸਾਫ-ਸਾਫ ਗੱਲ ਸੁਣ ਲਓ ਹੁਣ ਅੱਜ ਤਾਂ ਨੇ ਕਾਂਟੇ ਚੋਰੀ ਕਰੇ ਨੇ ਕੱਲ ਨੂੰ ਕੁਝ ਹੋਰ ਚੋਰੀ ਕਰੂਗੀ ਮੇਰੇ ਤਾਂ ਸਵਾ ਸਮਾਨ ਪਿਆ ਪੇਟੀ ਚ ਕੀ ਪਤਾ ਇਹਦਾ ਚੋਰ ਨਹੀਂ ਤਾਂ ਜਿੰਦਾ ਹੀ ਤੋੜ ਲੈ ਮੇਰੀ ਗੱਲ ਸੁਣੋ ਜਾਂ ਤਾਂ ਹੁਣ ਮੈਂ ਇਸ ਘਰ ਚ ਰਹੂੰਗੀ ਤੇ ਜਾ ਰਹੂਗੀ ਇਹ ਬੁੜੀ ਧੱਕੇ ਮਾਰ ਕੇ ਇਹਨੂੰ ਬਾਹਰ ਕੱਢ ਦੋ ਥਾਣੇ ਮੈਨੂੰ ਪੁੱਤ ਮੈਨੂੰ ਸਾਡੇ ਪੁੱਤ ਮੈਨੂੰ ਕਰਨਾ ਇਹ ਤੋਂ ਪਹਿਲਾਂ ਹੋਰ ਪਰ ਨੌਕਰੀ ਕਰਾਉਣਾ ਨਹੀਂ ਤੂੰ ਘਰ ਤੋਂ ਬਾਹਰ ਹੋ ਜਾ ਬਾਪੂ ਜੀ ਮੈਂ ਤੁਹਾਨੂੰ ਜਾਣ ਨੂੰ ਨਹੀਂ ਕਿਹਾ ਬੇਬੇ ਨੂੰ ਕਿਹਾ ਨਹੀਂ ਪੁੱਤ ਹੁਣ ਮੈਂ ਇਸ ਘਰ ਚ ਮੈਂ ਵੀ ਨਹੀਂ ਰਹਿ ਸਕਦਾ ਉਹ ਕੱਲੀ ਕਿੱਥੇ ਜਾਊ ਸ਼ੁਕਰ ਹੈ ਇੱਕ ਤੀਰ ਤੇ ਦੋ ਨਿਸ਼ਾਨੇ ਸਕੀਮ ਤਾਂ ਮੈਂ ਬੁੜੀ ਵਾਸਤੇ ਲਈ ਸੀ ਪਰ ਦੋਹੇ ਘਰੋਂ ਨਿਕਲ ਗਏ ਸ਼ੁਕਰ ਹੈ ਪ੍ਰਮਾਤਮਾ ਤੇਰਾ ਸ਼ੁਕਰ ਹੈ ਲਵਪ੍ਰੀਤ ਸਕੀਮ ਤਾਂ ਤੇਰੀ ਕੰਮ ਕਰ ਗਈ ਬਾਪੂ ਤੂੰ ਕਿੱਧਰ ਆ ਮੈਂ ਹੁਣ ਸਾਰੀ ਉਮਰ ਉਹਦੇ ਨਾਲ ਕੱਟਤੀ ਤੇ ਮੈਂ ਹੁਣ ਉਹਨੂੰ ਕਰਨੀ ਨੂੰ ਛੱਡੂਗਾ ਤੈਨੂੰ ਜਾਣ ਦੇ
भाई तुसी? हाँ मैं 6 महीने का करार किया सी पैसे का, 8 महीने हो गए अज, पैसे मोड़े हैं क्या जना? भाई थोड़ा टाइम मैंने हो दे, मेरे तो पैसे का इदा हो ही नहीं है। चल ठीक है, एक दिन तेन होर दिता, दोबारा मैं कल आऊंगा, जे पैसे का हल ना बनया तो घर खाली करनी कल। चिंता तो होनी आ, कोई 10-20 रुपए नहीं है, पूरा 1.5 लाख देना उदा। फिर की हो गया 1.5 लाख देना, लोगों ने 20-20 लाख देना होंगे। मैं पेके फोन ला लैनी उन्हें तो पुछती हूँ। चंगा बापरीता, बापरीता। हाँ जी। बने कोई पैसे का हल? पैसे का तो कोई हल नहीं बनिया, मैं तो मेरी मां भी फोन किया सीगा, ओ जवाब दे गए, कहंदे इन्ने पैसे असी कित्थों लैके आईए। उदो तो बड़ी चौड़ी हो कह रही थी मेरी बेबे तो मैं आपे मंगा लूं पैसे, हुण क्यों नहीं दित्ते पैसे तेरी बेबे ने? क्यों मैं पैसे दा ठेका लिया होया है? हां भाई पैसे मेरे भाई, पैसे दा हल तो कोई नहीं। मैनू की कह दियो कि पैसे चाहिए मैनू? बापू बापू जी थोड़ा बहुत बहुत धन्यवाद बापू जी, जे तुसी टाइम ते ना आउंदे ता शायद अज अपना घर ही खाली हो जाना सी। कोई नहीं धीए, मां प्यो दा ता फर्ज हुंदा है, इहदा आसान कद तेरे ते। पर बापू तेरे कोल 1.5 लाख आया कित्थों? की लैणा तुसी, मैं मेहनत कर करके हौली हौली जमा कर दिया, तो मेरे कोल इकट्ठे हो गए मैं देते। पर बापू जी थोनू इस चीज का पता किवें लग्या कि असी किसी का कर्ज भी देना सी? मैनू रात तक रहा सी। ਸਤਿ ਸ਼੍ਰੀ ਅਕਾਲ। ਲਾਲੀ ਕਿੱਥੇ ਹੈ? ਲਾਲੀ ਘਰੇ ਹੀ ਹੋਊਗਾ, ਸਾਨੂੰ ਤਾਂ ਘਰੋਂ ਕੱਢ ਤੇ ਪੁੱਤ। ਕੋਈ ਨਾ ਮੈਂ ਕਰਦਾ ਜਾ ਕੇ ਗੱਲ ਉਹਦੇ ਨਾਲ। बापू जी फिर असी गुनाहगार थोड़े, असी तां थोनू धक्के मार के घरों बाहर कढ़ता ते तुसी साडे बारे इना सोचिया? मां बाप नूं बाहर कर सकते हैं, पर मां बाप धीआं पुत्तां नूं बाहर नहीं कर सकते। बापू जी माफ कर दो, बहुत वड्डी गलती हो गई साडे तों। बापू जी माफ कर दो, बापू जी माफ कर दो। नाले हुण बापू जी तुसी दोए किते नहीं जांदे, तुसी अपने ही घरे रहना। कोई नहीं, इह साडा घर थोड़ी आ, इह तां तुसी दोहां ने बनाया सी। माफ कर दे बापू। ठीक है बापू।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਜਿਹੜੀ ਵੀਡੀਓ ਤੁਸੀਂ ਹੁਣੇ ਹੁਣੇ ਵੇਖ ਕੇ ਹਟੇ ਹੋ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਈ ਹੋਏਗੀ ਤੇ ਵੀਡੀਓ ਦੇ ਵਿੱਚ ਇੱਕ ਛੋਟਾ ਜਿਹਾ ਤੇ ਪਿਆਰਾ ਜਿਹਾ ਮੈਸੇਜ ਸੀਗਾ ਉਹ ਇਹ ਸੀਗਾ ਕਿ ਕੋਈ ਔਲਾਦ ਆਪਣੇ ਮਾਂ ਬਾਪ ਨਾਲ ਕਿੰਨਾ ਵੀ ਬੁਰਾ ਕਰੇ ਪਰ ਮਾਂ ਬਾਪ ਹਮੇਸ਼ਾ ਆਪਣੀ ਔਲਾਦ ਦਾ ਭਲਾ ਹੀ ਸੋਚਦੇ ਹੁੰਦੇ ਆ ਤੇ ਇਹ ਜਿਹੜੀ ਸਟੋਰੀ ਸੀਗੀ ਇਹ ਆਪਣੀ ਦੁਨੀਆਂ ਦੇ ਵਿੱਚ ਮੈਨੂੰ ਲੱਗਦਾ 80% ਘਰਾਂ ਦੀ ਸਟੋਰੀ ਹੋਏਗੀ 100 ਦੇ ਵਿੱਚੋਂ ਰੋਜ਼ ਰੋਜ਼ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਸੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਦੱਸਿਓ ਤੇ ਹਰ ਵਾਰ ਦੀ ਤਰ੍ਹਾਂ ਆਪਣਾ ਬੈਸਟ ਕਮੈਂਟ ਕਰਿਓ ਤਾਂ ਕਿ ਤੁਹਾਡਾ ਬੈਸਟ ਕਮੈਂਟ ਆਪਾਂ ਪਿੰਨ ਕਰ ਸਕੀਏ ਥੈਂਕ ਯੂ ਸੋ ਮਚ